ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਜਿੱਦਾਂ ਕਿ ਅੱਜ ਤੁਸੀਂ ਸਾਰੇ ਲੋਕ ਜਾਣਦੇ ਹੀ ਹੋ ਕਿ ਆਪਣੇ ਇੰਡੀਆ ਦੇ ਵਿੱਚ ਵੀ ਇੱਕ ਬਹੁਤ ਹੀ ਵੱਡੀ ਭਿਆਨਕ ਮਹਾਂਮਾਰੀ ਚੱਲੀ ਹੋਈ ਹੈ, ਜਿਹਨੂੰ ਆਪਾਂ ਕੋਰੋਨਾ ਵਾਇਰਸ ਦੇ ਨਾਮ 'ਤੇ ਸਾਰੇ ਹੀ ਜਾਣਦੇ ਹਾਂ। ਇਸ ਕਰਕੇ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਕੁਝ ਸਾਂਝੇ ਕਰਨੇ ਚਾਹੁੰਦਾ ਕਿ ਅੱਜ ਦੇ ਦੌਰ ਦੇ ਵਿੱਚ ਜੋ ਭਾਰਤ 21 ਦਿਨਾਂ ਵਾਸਤੇ ਲੋਕਡਾਊਨ ਕੀਤਾ ਗਿਆ ਹੈ, ਆਪਾਂ ਸਾਰੇ ਉਸ ਨੂੰ ਸਮਰਥਨ ਦੇਈਏ। ਪਿੰਡਾਂ ਵਾਲਿਆਂ ਦੇ ਵਿੱਚ ਮੈਂ ਦੇਖ ਰਿਹਾ ਕਿ ਬਹੁਤ ਸਾਰੀਆਂ ਵੀਡੀਓ ਆ ਰਹੀਆਂ ਨੇ ਜਿਹਦੇ ਵਿੱਚ ਬਹੁਤ ਸਾਰੀਆਂ ਢਾਣੀਆਂ ਬਣਾ ਕੇ ਲੋਕ ਤਾਸਾਂ ਖੇਡ ਰਹੇ ਨੇ, ਹਰ ਇੱਕ ਥਾਂ 'ਤੇ ਇਕੱਠੇ ਹੋ ਕੇ ਬੈਠ ਰਹੇ ਨੇ। ਇਹ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਭਿਆਨਕ ਹੋ ਸਕਦਾ ਹੈ। ਹੋਰ ਵੀ ਕਈ ਵੀਡੀਓ ਜਿਹੜੀਆਂ ਦੇਖੀਆਂ ਜਾ ਰਹੀਆਂ ਨੇ ਕਿ ਪੰਜਾਬ ਪੁਲਿਸ ਕਈਆਂ ਨਾਲ ਕੁੱਟਮਾਰ ਕਰਦੀ ਪਈ ਹੈ, ਉਹ ਇਸ ਕਰਕੇ ਮਜਬੂਰ ਹਨ ਕਿ ਲੋਕ ਇਸ ਚੀਜ਼ ਨੂੰ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਰਿਜ਼ਲਟ ਕਿੰਨਾ ਭਿਆਨਕ ਹੋਏਗਾ। ਆਪਾਂ ਦੇਖਦੇ ਹਾਂ ਦਿਨ ਪਰ ਦਿਨ ਨਵੇਂ ਨਿਊਜ਼ ਨਵੀਆਂ ਖਬਰਾਂ ਆਪਣੇ ਕੋਲ ਆ ਰਹੀਆਂ ਨੇ ਕਿ ਚਾਈਨਾ ਦੇ ਵਿੱਚ ਅਤੇ ਇਟਲੀ ਦੇ ਵਿੱਚ, ਜੋ ਕਿ ਬਹੁਤ ਹੀ ਵਿਕਸਿਤ ਦੇਸ਼ ਨੇ ਜਿਨ੍ਹਾਂ ਦੇ ਵਿੱਚ ਬਹੁਤ ਹੀ ਸਹੂਲਤਾਂ ਹਨ, ਉਹਨਾਂ ਦੇ ਵਿੱਚ ਇਹ ਭਿਆਨਕ ਇੰਨੀ ਬਿਮਾਰੀ ਚੱਲ ਚੁੱਕੀ ਆ ਕਿ ਉਹਨਾਂ ਕੋਲ ਸੰਭਿਆ ਨਹੀਂ ਜਾ ਰਿਹਾ। ਆਪਣੇ ਭਾਰਤ ਵਰਗੇ ਦੇਸ਼ 'ਚ ਇੰਨੀਆਂ ਸਹੂਲਤਾਂ ਅਜੇ ਨਹੀਂ ਹਨ ਕਿ ਜੋ ਆਉਣ ਵਾਲੇ ਸਮੇਂ ਨੂੰ, ਆਉਣ ਵਾਲੇ ਟਾਈਮ ਦੇ ਮਹਾਂਮਾਰੀ ਨੂੰ ਰੋਕ ਸਕਣ। ਤਾਂ ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਾਂਗਾ, ਇਹੀ ਬੇਨਤੀ ਕਰਾਂਗਾ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਰਹਿ ਕੇ ਹਰ ਇੱਕ ਬੰਦੇ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਆਪਣੇ ਪਰਿਵਾਰ ਨੂੰ, ਆਪਣੇ ਘਰ ਨੂੰ, ਆਪਣੇ ਲੋਕ ਮੁਹੱਲੇ ਦੇ ਵਿੱਚ ਸਾਰਿਆਂ ਨੂੰ ਜਾਗਰੂਕ ਕਰੀਏ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਹੀ ਰਹਿਣਾ ਹੈ, ਆਪਣੇ ਹੀ ਪਿੰਡ ਦੇ ਵਿੱਚ ਰਹਿਣਾ ਹੈ, ਆਪਾਂ ਬਾਹਰ ਨਹੀਂ ਜਾਣਾ। ਅਤੇ ਇਸ ਕਰਕੇ ਆਪਾਂ ਸਾਰਿਆਂ ਦਾ ਸਹਿਯੋਗ ਕਰਕੇ ਆਪਣੇ ਅਤੇ ਆਪਣੇ ਹੀ ਪਰਿਵਾਰ ਨੂੰ ਬਚਾ ਸਕਦੇ ਹਾਂ। ਤਾਂ ਇਸ ਕਰਕੇ ਸਾਰਿਆਂ ਨੂੰ ਬਹੁਤ ਵੱਡੀ ਰਿਕੁਐਸਟ, ਬਹੁਤ ਬੇਨਤੀ, ਨਿਮਰਤਾ ਸਹਿਤ ਬੇਨਤੀ ਕਰਦਾ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਰਹਿ ਕੇ ਹੀ ਆਪਾਂ ਸਟੇਅ ਕਰਨੀ ਹੈ, ਆਪਣੇ ਹੀ ਘਰਾਂ ਦੇ ਵਿੱਚ ਰਹਿ ਕੇ ਆਪਾਂ ਰੁਕਣਾ ਹੈ, ਅਤੇ ਜਾ ਕੇ ਹੋਰ ਵੀ ਲੋਕਾਂ ਨੂੰ ਫੋਨ 'ਤੇ ਕਾਲ ਕਰਕੇ ਆਪਾਂ ਦੱਸਣਾ ਹੈ ਆਪਣੇ ਪਰਿਵਾਰ ਰਿਸ਼ਤੇਦਾਰਾਂ ਨੂੰ ਕਿ ਆਪਾਂ ਘਰੋਂ ਬਾਹਰ ਨਹੀਂ ਨਿਕਲਣਾ, ਕਿ ਜੋ ਕਿ ਸਰਕਾਰ ਦਾ ਆਪਾਂ ਸਾਥ ਦੇਵਾਂਗੇ ਤਾਂ ਹੀ ਆਪਣਾ ਅਤੇ ਆਪਣਾ ਬਚਾਅ ਹੋ ਸਕੇਗਾ, ਆਪਣੇ ਦੇਸ਼ ਦਾ ਬਚਾਅ ਹੋ ਸਕੇਗਾ। ਇੰਨਾ ਕੁਛ ਕਹਿੰਦਾ ਹੋਇਆ ਮੈਂ ਅੱਖੀਵਾਂ ਦਾ ਜਾ ਚੱਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।